ਅੰਮ੍ਰਿਤਸਰ ਤੋਂ MP ਗੁਰਜੀਤ ਔਜਲਾ ਜਦੋਂ ਅੱਜ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਔਜਲਾ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਕਿਹਾ ਕਿ ਗੁਰਜੀਤ ਔਜਲਾ ਨੇ ਬਹੁਤ ਦਲੇਰੀ ਵਾਲਾ ਕੰਮ ਕੀਤਾ ਹੈ। ਜਿਹੜਾ ਪਾਰਲੀਮੈਂਟ ਦੇ ਵਿੱਚ ਹਮਲਾ ਹੋਇਆ ਸੀ, ਇੱਕ ਸ਼ਖਸ ਨੂੰ ਔਜਲੇ ਵੱਲੋਂ ਫੜਿਆ ਗਿਆ ਸੀ। ਔਜਲੇ ਨੇ ਇਸੇ ਦੌਰਾਨ ਮੀਡੀਆ ਨਾਲ ਵੀ ਗੱਲ ਕੀਤੀ। ਇਹ ਲੋਕਾਂ ਦੀ ਬਖਸ਼ਿਸ਼ ਹੈ ਜੇ ਇਸ ਕੰਮ ਲਈ ਚੁਣਿਆ ਸੀ, ਜਿੱਥੇ ਉੱਥੇ ਡਿਊਟੀ ਨਿਭਾਈ ਹੈ ਉੱਥੇ ਪੁਰਖਿਆਂ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਗੱਡਾ ਕੇ ਖੜ ਗਏ ਹਾਂ ਜਦੋਂ ਲੋੜ ਪਈ ਹੈ। ਔਰ ਮੈਂ ਇੱਕ ਆਮ ਇਨਸਾਨ, ਇੱਕ ਤੁਛ ਜਿਹਾ ਬੰਦਾ, ਇਹ ਗੁਰੂ ਨੇ ਮਦਦ ਬਖਸ਼ੀ ਹੈ। ਇੱਥੋਂ ਦੇ ਇੱਕ ਇੱਕ ਜਰਾ ਦੇ ਵਸਨੀਕ ਨੇ ਮਦਦ ਬਖਸ਼ੀ ਹੈ। ਪੰਜਾਬ ਨੇ, ਪੰਜਾਬੀਅਤ ਨੇ, ਇਸ ਗੁਰੂਆਂ ਦੀ ਸਿੱਖਿਆਵਾਂ ਨੇ, ਸਾਡੇ ਪੁਰਖਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਉਹੀ ਸਾਨੂੰ ਚੱਕ ਕੇ ਲੈ ਗਈਆਂ ਉੱਥੇ। ਚਲੋ ਪਰਮਾਤਮਾ ਦਾ ਬਖਸ਼ਿਸ਼ ਹੈ ਕਿ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ, ਪਰ ਉਹ ਮੰਜ਼ਰ ਇੱਕ ਅੱਤਵਾਦ ਦਾ ਹਮਲਾ ਹੀ ਸੀ। ਪਰ ਚਲੋ ਖੈਰ, ਪਰਮਾਤਮਾ ਸਭਨਾਂ ਦਾ ਭਲਾ ਕਰੇ। ਮੈਂ ਸਮਝਦਾ ਹਾਂ ਇਹ ਸਾਨੂੰ ਮਾਣ ਆ ਕਿ ਮੈਂ ਇਸ ਧਰਤੀ 'ਤੇ ਪੈਦਾ ਹੋਇਆ, ਔਰ ਮਾਣ ਆ ਕਿ ਇਹਨਾਂ ਲੋਕਾਂ ਦੀ ਪਿਆਰ ਸਦਕਾ ਇਹ ਹਿੰਮਤ ਹੋਇਆ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਜੂੰਝਣ ਲਈ ਬਣੇ ਹਾਂ। ਔਰ ਇਹ ਪੁਰਾਣਾ ਇਤਿਹਾਸ ਹੈ, ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ, ਪੁਰਾਣਾ ਇਤਿਹਾਸ ਹੈ ਸਾਡਾ। ਅਸੀਂ ਹਮੇਸ਼ਾ ਡੱਟ ਕੇ ਖੜ੍ਹੇ ਹਾਂ ਦੇਸ਼ ਲਈ, ਕੌਮ ਲਈ। ਹਮੇਸ਼ਾ ਸਾਡਾ ਕਤਰਾ ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜ੍ਹੇ ਹਾਂ, ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਹਾਂ, ਇਸ ਧਰਤੀ ਦੇ ਰਿਣੀ, ਇਸ ਪੰਜਾਬ ਦੇ ਰਿਣੀ ਹਾਂ। ਔਰ ਮੈਂ ਅੰਮ੍ਰਿਤਸਰ ਦਾ ਰਿਣੀ ਹਾਂ ਕਿ ਜਿਨ੍ਹਾਂ ਨੇ ਮੇਰੇ 'ਤੇ ਹਮੇਸ਼ਾ ਯਕੀਨ ਕੀਤਾ, ਅਤੇ ਮੈਂ ਸਭਨਾਂ ਦਾ ਧੰਨਵਾਦ ਕਰਦਾ ਕੋਟਨ ਕੋਟਨ, ਕਿਉਂਕਿ ਪਿਛਲੇ 3-4 ਦਿਨਾਂ ਤੋਂ ਅਸੀਂ ਜਿਹੜਾ ਵੇਖਿਆ ਪਿਆਰ ਮੈਂ ਦੇਣ ਨਹੀਂ ਦੇ ਸਕਦਾ। ਔਰ ਇਹ ਤੁਹਾਡਾ ਸਭਨਾਂ ਦਾ ਮਾਣ ਆ, ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ, ਲੱਖ ਲੱਖ ਧੰਨਵਾਦ।